तेरी छाती जिड्डे दा टायर पाए असी हां कुछ नहीं टायर पवा दे चौड़े कुछ बोलन बारे छड़े ही नहीं पेटी आपां खोलती रो होलैंड दी पेटी करती काली आ ਵੀ ਟਾਇਰ ਵੀ ਨਹੀਂ ਦਿੱਤੀ ਜਾਂਦੀ ਥੱਲੇ ਲਾਉਣਾ ਪੈਂਦਾ ਯਾਰ ਇੱਡੇ ਇੱਡੇ ਟਾਇਰ ਪਾ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਦਾ ਵੈਲਕਮ ਆਪਣੇ ਚੈਨਲ 'ਤੇ ਲਓ ਵੀ ਮਿੱਤਰੋ ਇੱਕ ਚੀਜ਼ ਹੋਰ ਕਰਨ ਲੱਗੇ ਹਾਂ ਜੀ ਮੁੰਡੇ ਨੂੰ ਵਾਹਵਾ ਹੀ ਸੋਚਣਾ ਪਿਆ ਫਿਰ ਜਾ ਕੇ ਉਹਨੇ ਕਿਤੇ ਮੰਨਿਆ ਮੇਰੀ ਵੀ ਪੇਟੀ ਦੇ ਕੇ ਗਿਆ ਅਤੇ ਪੇਟੀ ਕਰਨ ਲੱਗੇ ਹਾਂ ਬਲੈਕ ਇਹ ਹੈਗੀ 12 ਇੰਚੀ ਆਪਣੇ ਲਈ ਹੈਗੀ 16 ਇੰਚੀ ਅਤੇ ਸਪਰੇਅ ਸ਼ੁਰੂ ਆਪਾਂ ਲਿਆਉਂਦੇ ਬਾਹਰ ਕੱਢਦੇ ਹਾਂ ਪੇਟੀ ਖੋਲਦੇ ਹਾਂ ਅਤੇ ਸਵੇਰੇ ਬਲੈਕ ਕਰ ਦਾਂਗੇ ਹੈ ਨਾ ਫਿਰ ਉਦੋਂ ਬਾਅਦ ਕੱਸ ਦਾਂਗੇ ਬਾਕੀ ਜਿਹੜੇ ਟਾਇਰ ਆ ਉਹ ਦੇਖੋ ਹੋਲੈਂਡ ਦੇ ਉਹਦੇ ਪਾ ਦੇ ਫਰੰਟ ਦੇ 60 ਦੇ ਦੇਖੋ ਵੀ ਉਹਦੀ ਪੂਰੀ ਟੌਰ ਬਣ ਗਈ ਹੈ ਨਾ ਬਰਾਬਰ ਹੋ ਗਿਆ ਅੱਗੋਂ ਪਹਿਲਾਂ ਛੋਟੇ ਸੀ 6-50-16 ਟਾਇਰ ਸੀ ਸ਼ਾਇਦ ਤੱਕ ਅਤੇ ਲਓ ਵੀ ਇਹਨੂੰ ਬਾਹਰ ਕੱਢ ਲਈਏ ਬਾਹਰ ਕੱਢ ਕੇ ਅਤੇ ਪੇਟੀ ਖੋਲ੍ਹ ਲਈਏ ਟਾਈਮ ਲੈਪਸ 'ਤੇ ਲਾ ਦਾਂਗੇ ਅਤੇ ਤੁਸੀਂ ਦੇਖੋ ਫਿਰ कुछ बोलो ये बारे कोई तकड़ी जी लैन कुछ है ही नहीं बोलन छड़े ही कुछ नहीं टायर पवा दे चौड़े कुछ छड़े ही नहीं कुछ बोलन बारे छड़े ही नहीं है नंबर का मैनू भी नहीं पता और मुंडा चाबियां चुबियां रख छड़ियां विच ओहो चाबियां दे भी काला पेंट मार दी लो भी मित्रो एक गल थोनू होर दस दिना भी कई कह देणगे है ना पेटी बई ब्लैक क्यों की आई सही सी ਬਈ ਇਹ ਡਿਮਾਂਡ ਆਈ ਸੀਗੀ ਹੈ ਨਾ ਕਮੈਂਟ ਆਏ 2-3 ਬਾਈਆਂ ਦੇ ਉਹਨਾਂ ਨੇ ਕਿਹਾ ਵੀ ਬਲੈਕ ਕਰ ਦਿਉ ਇੰਸਟਾਗ੍ਰਾਮ 'ਤੇ ਵੀ ਆਏ ਸੀ ਜ਼ਰੂਰੀ ਨਹੀਂ ਵੀ ਯੂਟਿਊਬ 'ਤੇ ਆਪਾਂ ਵੀਡੀਓ ਪਾਉਂਦੇ ਵੀ ਉੱਥੇ ਹੀ ਆਉਣਗੇ ਰੀਲਾਂ ਪਾਉਂਦੇ ਹਾਂ ਉੱਥੇ ਵੀ ਆਏ ਸੀ ਹੈ ਨਾ ਫਿਰ ਉਦੋਂ ਬਾਅਦ ਸੋਚ ਕੇ ਫਿਰ ਮੈਂ ਵੀ ਕਹਿ ਇਹਨੂੰ ਵੀ ਬਹੁਤ ਸੋਹਣੀ ਲੱਗੂਗੀ ਮੈਚ ਕਰੂੰ ਪੂਰੀ ਹੈ ਨਾ ਟਰੈਕਟਰ ਦੇ ਨਾਲ ਹੋਲੈਂਡ ਟਰੈਕਟਰਾਂ 'ਚ ਜ਼ਿਆਦਾਤਰ ਨਾ ਮੈਂ ਦੇਖੇ ਟਰਾਲੇ ਟੁਰਲਿਆਂ ਜਿਹੜੇ ਚੱਲਦੇ ਉਹ ਵਾਲੀ ਲਾਈ ਰੱਖਦੇ ਅਸੀਂ ਬਹੁਤ ਰੀਲਾਂ ਲੱਭੀਆਂ ਵੀ ਬਲੈਕ ਪੇਟੀ 'ਚ ਲੱਭ ਲਈਏ 1-2 ਦੇਖੀਆਂ ਹੈ ਨਾ ਅਤੇ ਸਗਮੀਨ ਨੂੰ ਥੋੜ੍ਹੀ ਕਨਫਿਊਜ਼ਨ ਸੀ ਜਦੋਂ ਇਹਨੇ ਮੇਰੀ ਦੇਖੀ ਆ ਕੇ ਕਹਿੰਦਾ ਚਲੋ ਮੇਰਾ ਤਾਂ ਜੋਂਡੀਅਰ 'ਤੇ ਲੱਗੀ ਹੈ ਫਿਰ ਵੀ ਜਦੋਂ ਐਡੀਟਿੰਗ ਕਰਕੇ ਦੇਖੀ ਨਾ ਜਦੋਂ ਅਤੇ ਸੋਹਣੀ ਲੱਗਦੀ ਸੀ ਬਾਕੀ ਰਿਐਲਿਟੀ ਤਾਂ ਬਹੁਤ ਸੋਹਣੀ ਲੱਗਦੀ ਹੈ ਤੁਹਾਨੂੰ ਪਤਾ ਹੀ ਹੈ ਵੀ ਕੈਮਰੇ 'ਚ ਉਹ ਚੀਜ਼ ਨਹੀਂ ਦੇਖ ਸਕਦੀ ਜੋ ਆਪਾਂ ਰਿਐਲਿਟੀ 'ਚ ਅੱਖਾਂ ਨਾਲ ਦੇਖਦੇ ਹਾਂ ਅਤੇ ਹੁਣ ਫਿਰ ਇਹਨੂੰ ਕਰੀ ਜਾਂਦੇ ਹਾਂ ਸਾਨੂੰ ਕੋਈ ਸ਼ੌਂਕ ਨਹੀਂ ਹੈ ਨਾ ਅਸੀਂ ਜੇ ਤੁਸੀਂ ਕਹੀ ਇਹਨੂੰ ਤਾਂ ਅਸੀਂ ਕਰੀ ਜਾਂਦੇ ਹਾਂ ਅਸੀਂ ਕੰਟੈਂਟ ਵਾਸਤੇ ਕਰੀ ਜਾਂਦੇ ਹਾਂ ਮੇਨ ਚੀਜ਼ ਇਹ ਹੈ ਟਾਇਰ ਪੁਆਏ ਆ ਇਹ ਵੀ ਕਮੈਂਟ ਆਉਂਦੇ ਹੁੰਦੇ ਬਾਈ ਟਰੈਕਟਰ ਹੈ ਨਾ ਤਕੜਾ ਲੱਗੂਗਾ ਅਤੇ ਮੂਹਰਲੇ ਟਾਇਰ ਛੋਟੇ ਆ ਉਦੋਂ ਆਪਾਂ 60 ਦੇ ਪਾ ਦੇ ਹੁਣ ਉਹਦੇ ਵੱਡੇ ਹੋ ਗਏ ਅਤੇ ਇਹਦੇ ਤਾਂ ਫਿਰ ਕਰ ਹੀ ਦਿੱਤੇ ਹੁਣ 11 ਬਸ ਮੇਨ ਇਹ ਹੈ ਅਸੀਂ ਨਹੀਂ ਕੁਛ ਕਰਦੇ ਤੁਸੀਂ ਕਰਾਉਂਦੇ ਹੋ ਕਮੈਂਟ ਕਰਕੇ ਵੀ ਆਹ ਚੀਜ਼ ਕਰ ਦਿਉ ਬਈ ਫਿਰ ਆਪਾਂ ਉਹ ਕਰ ਦਿੰਦੇ ਹਾਂ ਸਿੱਧੀ ਗੱਲ ਮੈਂ ਤੁਹਾਨੂੰ ਦੱਸਾਂ ਹੈ ਨਾ ਜਿਵੇਂ ਤੁਸੀਂ ਕਹੀ ਆਉਂਗੇ ਉਵੇਂ ਉਵੇਂ ਆਪਾਂ ਕਰੀ ਜਾਵਾਂਗੇ ਬਾਕੀ ਕੋਈ ਕਸਰ ਛੱਡੀ ਨਹੀਂ ਟਾਇਰ ਹੀ ਪਾ ਦੇ ਜਦੋਂ ਪਿਛਲੇ ਵੀ ਪੈ ਜਾਣੇ ਆ ਝੋਨਾ ਝੂਨਾ ਵੱਢ ਲਈਏ ਐਂ ਓਕੇ ਰਿਪੋਰਟ ਕਰ ਦੇਣਾ ਇਹਨੂੰ ਦੇਖੋ ਝੋਟਾ ਹੀ ਲੱਗਦਾ ਜਮਦੂਤ ਦਾ ਝੋਟਾ ਕਹਿ ਲਓ ਕੁਛ ਵੀ ਕਹਿ ਲਓ ਬਾਕੀ ਇਹਦਾ ਨਾਂ ਵੀ ਰੱਖਾਂਗੇ ਆਪਾਂ ਆਪਣੇ ਵੱਲ ਦਾ ਤਾਂ ਰੱਖ ਰੱਖਿਆ ਹਸਲਰ ਅਤੇ ਉਸੇ ਨਾਮ ਤੋਂ ਆਈਡੀ ਹੈ ਸੁਖਮੀਤ ਨੇ ਰੱਖਿਆ ਬਰਾੜ ਫਾਰਮ ਐਡਿਟਸ ਅਤੇ ਛੇਤੀ ਇਹਦਾ ਨਾਂ ਰੱਖ ਦਾਂਗੇ ਕੋਈ ਤਗੜਾ ਜਿਹਾ ਵੈਸੇ ਤਾਂ ਸੋਚ ਰੱਖਿਆ ਅਸੀਂ ਅਤੇ ਜਲਦੀ ਰੱਖ ਦਾਂਗੇ ਆਹ ਗੇਟ ਦੇ ਪਿੱਛੇ ਪਿਆ ਮੈਂ ਕਿਤੇ ਤਾਂ ਪਿਆ ਵੀ ਹੱਥ ਨਹੀਂ ਪਾਉਂਦਾ ਓਏ ਨਹੀਂ ਤੂੰ ਚੱਕ ਕੁਛ ਠੀਕ ਹੈ ਜਾਂ ਚੱਕ ਮਤਲਬ ਪੂਰਾ ਉਵੇਂ ਚੱਕ ਓਏ ਨਹੀਂ ਉਹ ਲੈ ਜੋ ਕਰੰਟ ਲੱਗੇ ਨਾ ਓਏ ਤੁਹਾਨੂੰ ਕਰੰਟ ਲੱਗਦਾ ਥੱਲੋਂ ਫੜ ਲਾ ਕੁੰਡਾ ਭਾਵੇਂ ਨਿਕਲ ਜੇ ਭਰਾਵਾ ਲੋ ਬਾਈ ਜੀ ਲੋ ਬਾਈ ਜੀ ਪੇਟੀ ਪੇਟੀ ਉਹ ਨਹੀਂ ਓਏ ਡੋਲ ਦੇਗਾ ਅੱਖੀ ਡੱਡੇ ਉਹ ਨਹੀਂ ਓਏ ਫੇਰ ਹੋਈ ਗੱਲਾਂ ਤੇਰੀਆਂ ਇਧਰ ਵਾਲੇ ਪਾਸੇ ਬਈ ਨਟ ਢਿੱਲੇ ਕੀ ਕੱਢ ਹੀ ਦਿੱਤੇ ਤੇਰੇ ਯਾਰ ਨੇ ਰੱਖ ਦੇ ਇਹਨੂੰ ਮੈਂ ਤਾਂ ਰੱਖ ਹੀ ਦੇਣੀ ਤੂੰ ਵਿੱਚ ਲਈ ਜਾਂਦਾ ਲੋ ਬਾਈ ਹੁਣ ਆਪਾਂ ਆਲੇ ਨਟ ਢਿੱਲੇ ਕਰਦੇ ਆ ਥੋੜੇ ਵੱਡੇ ਸਾਈਜ਼ ਦੇ ਪਾਏ ਆ ਤਾਂ ਕਰਕੇ ਹੁਣ ਚਾਬੀ ਭਾ ਲੋ ਮਿਸਤਰੀ ਦੀ ਗਲਤੀ ਆ ਵੀ ਨਟ ਵੱਡੇ ਛੋਟੇ ਕਿਉਂ ਛੱਡੇ ਭਾ ਲੋ ਮਿਸਤਰੀ ਨਹੀਂ ਆ ਅਸੀਂ ਪਾਈ ਆ ਹੋਰ ਕਿਹਨੇ ਪਾਏ ਮਿਸਤਰੀ ਅਸੀਂ ਆ ਬਸ ਜਿਹੜੇ ਪਾਏ ਆ ਖਰਾਬ ਹੋ ਗਏ ਸੀ ਨਟ ਇਹ ਲੱਗੂ 14 ਬੰਦਨਾਂ ਦੀ 13 ਦੀ ਤਾਂ ਲੱਗਣੀ 11 ਨੰਬਰ ਹੈ 12 ਨੰਬਰ ਲੱਗੂਗੀ ਉਹ 11 ਨੰਬਰ ਸੀ ਚਾਬੀ ਓਏ 11 ਨੰਬਰ ਨਾ ਸੀ ਇਦੋਂ ਵੱਡੀ ਚਾਬੀ ਲਾਈ ਸੀ ਤੇ ਦਿੱਤੀ ਵੀ ਸੀ 13 ਨੰਬਰ ਤੈਨੂੰ ਮੈਂ ਕਿਹੜੀ ਦੇਖੀ ਗਿਆ ਸੀਗਾ ਆ ਲੱਗ ਗਈ ਇਹ ਲੱਗੀ ਆ 12 ਨੰਬਰ 12 ਨੰਬਰ ਲੱਗੀ ਹੈ ਤਾਂ ਨੂੰ ਖੁੱਲੂਗਾ ਹਾਂ ਨਹੀਂ ਹੁੰਦੀ ਹੁੰਦੀ ਵੈਸੇ ਦੂਜੇ ਨਟ ਕੱਢਤੇ ਉਧਰ ਨਹੀਂ ਹੈਗਾ ਇੱਕ ਨਹੀਂ ਹੁੰਦੀ ਨਹੀਂ ਹੁੰਦੀ ਇੱਕ ਹੈਗਾ
ਨਾਟੀ ਨਹੀਂ ਕਸੇਗੀ ਯਾਰ ਸਾਡੇ ਹਾਲ ਤਾਂ ਖੁੱਲੇ ਹੀ ਨਹੀਂ ਸੀ ਓਏ ਨਹੀਂ ਓਏ ਫਿਰ ਜਾਮ ਦਾ ਵੀ ਹਿਸਾਬ ਹੁੰਦਾ ਹੈ ਇੱਥੇ ਤਾਂ ਪੂਰਾ ਆ ਸਲਿੱਪ ਕਰੀ ਜਾਂਦਾ ਹੁਣ ਇੱਥੇ ਉਹ ਕਰ ਲੈ ਫਿਰ ਚਾਬੀ ਦਾ ਪਿੱਛੇ ਇੱਕ ਹੋਰ ਲੱਭ ਤੇਰਾ ਨੰਬਰ ਦੀ ਬੜਾ ਟੈਟ ਹੈ ਯਾਰ ਕੈਮਰਾਮੈਨ ਜਲਦੀ ਫੋਕਸ ਕਰ ਵਾਸ਼ਲ ਕਿੱਧਰ ਗਈ ਦੀ ਹੈ ਨਹੀਂ ਜੀ ਵਾਸ਼ਲ ਹੈ ਨਹੀਂ ਇੱਕ ਸਾਈਡ ਤੇ ਦੋਨੇ ਪਾਸੇ ਸੀ ਹੁਣ ਤਾਂ ਇਹ ਨਾੜ ਤਾਂ ਵਾਸ਼ਲ ਵਾਲੇ ਵਿੱਚ ਚਲ ਪਾ ਦਾਂਗੇ ਕੀ ਵੱਜ ਗਿਆ ਮੈਂ ਹੱਥੀ ਮਾਰਿਆ ਮੈਂ ਨਿਕਲ ਜੂ ਜਾ ਓਏ ਸਪੀਕਰ ਸਪੂਕਰ ਨਾ ਬਣ ਜੀ ਤੂੰ ਮਾਈ ਗੋਡ ਇਹ ਪੇਟੀ ਨੂੰ ਚੱਕ ਥੋੜਾ ਜਿਹਾ ਨਾੜਾ ਪੀ ਨਿਕਲ ਜਾਣਗੇ ਪਿਆਰ ਨਾਲ ਮੇਰੀ ਉਂਗਲ ਨਾ ਦੇ ਦੀ ਖੜ ਜਾ ਵੀਰੋ ਲਾ ਲਈਏ ਯਾਰ ਹਣਾ ਲੋਗ ਜ਼ਰੂਰੀ ਹੈ ਸਾਡਾ ਹੋਰ ਕੁਝ ਨਹੀਂ ਆਸਾ ਜੇ ਕੋ ਮੈਂ ਨਹੀਂ ਓਏ ਬਾਲੀ ਭਾਰੀ ਹੈ ਖੜ ਜਾ ਉਹ ਟਾਈਮ ਲੈਪਸ ਚੱਲੀ ਜਾਂਦਾ ਬਸ ਉਹ ਹੀ ਜਾਈ ਕਰੋ ਵੱਡਿਆਂ ਨੂੰ ਸੱਦ ਲੈ ਥੱਲੇ ਆ ਜੂ ਰਾਜੀਵ ਕੋ ਬੁਲਾ ਖੇਤ ਗਿਆ ਚਲ ਆਇਆ ਆ ਗਿਆ ਪਕੜ ਲੇਗਾ ਪਿਸ਼ਟੀ ਇਹ ਮਜ਼ਾਕ ਉਡਾ ਰਹੇ ਹੋ ਅਭੀ ਮੈਂ ਛੋਟਾ ਹੂੰ ਜਬ ਬੜਾ ਹੋਊਂਗਾ ਤਬ ਬਾਤ ਕਰਨਾ ਨਾ ਖੋਲ ਦੇ ਵੀ ਖੋਲ ਦੇ ਤੂੰ ਤਾਂ ਤੋੜੇ ਆ ਖੋਲੇ ਥੋੜੀ ਨਾ ਖੋਲੇ ਬਈ ਆ ਇੱਕ ਤਾਰ ਜਾਂਦੀ ਇੱਥੋਂ ਕਰਦ ਲਿਆ ਹੱਥ ਨਾਲ ਨਹੀਂ ਟੁੱਟਣੇ ਇਹ ਜਾਂ ਇਹਨੂੰ ਖਿੱਚ ਲੈ ਲੀਡ ਨੂੰ ਪਰ ਤਾਰ ਤੂਰ ਖਿੱਚੀ ਗਈ ਨਾ ਮੈਂ ਕਰੈਕ ਹੋ ਜਾਣੀ ਕੋਈ ਫਾਇਦਾ ਨਹੀਂ ਜਾਂ ਕਰਦ ਲਿਆ ਲੋ ਬਈ ਖੋਲਤੀ ਪੇਟੀ ਤੇ ਲੁੱਕ ਚੈੱਕ ਕਰੋ ਇੱਥੋਂ ਪਤਾ ਲੱਗਦਾ ਹੁਣ ਆਪ ਵੀ ਦੇਖ ਤੂੰ ਉਹਦੇ ਬੰਦੀ ਗੱਲਬਾਤ ਬਲੌਗ ਦੱਸੋ ਕਮੈਂਟ ਚ ਬਲੌਗ ਤਾਂ ਲੇਟ ਆਊਗਾ ਹਾਂ ਖੋਲ ਹੀ ਦਿੰਨੇ ਫਿਰ ਕੀ ਕਰਦਾ ਦੁਆਰੇ ਕਸਮੀ ਬਣੀਆਂ ਤੜਕੇ ਫਿਰ ਦੁਆਰੇ ਖਲਾਂਗੋ ਤਾਂ ਆਪਾਂ ਘੰਟੇ ਦਾ ਕੰਮ ਆ ਦੇ ਆ ਰੰਗ ਵੱਜਣ ਵਾਲਾ ਹੁਣ ਯੂ ਪੈਪ ਤੇ ਤੂੰ ਮਾਰ ਵੀ ਨਹੀਂ ਸਕਦਾ ਦੇਖ ਲੈ ਆ ਦੇ ਆ ਇੱਥੇ ਮਾਰਾਂਗੇ ਇੱਥੇ ਸਾਰਾ ਰੰਗ ਵੱਜ ਜੂਗਾ ਨਾਲੇ ਉਹ ਸਾਰਾ ਮਾਰਾਂਗੇ ਉੱਥੇ ਮਾਰਨ ਵਾਲਾ ਸਭ ਥੋੜਾ ਦੇਖ ਲੈ ਜੀ ਹੈਗਾ ਰਾਦਾ ਖੋਲ ਉੱਪਰ ਨਹੀਂ ਆ ਉਸੇ ਨਾਲ ਤਾਂ ਜੁੜਿਆ ਸਾਰਾ ਛਤਰੀ ਥੱਲੇ ਆ ਜਾਣੀ ਇਹ ਨਹੀਂ ਫਾਇਦਾ ਉਹੀ ਤਾਂ ਕਹਿਣਾ ਰਹਿਣ ਦਿੰਦੇ ਛਤਰੀ ਦੀ ਵੀ ਸੈਟਿੰਗ ਹਿੱਲ ਜੂਗੀ ਉਹੀ ਤਾਂ ਛਤਰੀ ਉੱਤੇ ਥੱਲੇ ਹੋ ਜਾਣੀ ਨਾਲੇ ਪੱਤੀਆਂ ਉੱਤੇ ਥੱਲੇ ਹੋ ਜਾਣੀ ਨਹੀਂ ਫਾਇਦਾ ਪੇਟੀ ਆਪਾਂ ਖੋਲਤੀ ਰਾਤ ਇੱਥੇ ਰੱਖਤੀ ਸੀ ਹਨਾ ਅਗਲਾ ਦਿਨ ਹੋ ਗਿਆ ਥੋੜ੍ਹੇ ਜਿਹੇ ਲੇਟ ਹੀ ਹੋ ਗਏ ਅਤੇ ਆ ਵੇਖੋ ਇੱਧਰ ਹਾਂ ਖੋਲਤੀਆਂ ਜਾਲੀਆਂ ਦੋਵੇਂ ਇਹ ਹੁਣ ਪੈਟਰੋਲ ਨਾਲ ਸਾਫ਼ ਕਰਾਂਗੇ ਨਹੀਂ ਲੈਣਾ ਨਹੀਂ ਹਨਾ ਵਧੀਆ ਐਂ ਕਰਕੇ ਓਕੇ ਰਿਪੋਰਟ ਪੇਟੀ ਚੰਗੀ ਤਰ੍ਹਾਂ ਸਾਫ਼ ਫਿਰ ਉਸ ਤੋਂ ਬਾਅਦ ਸਪਰੇਅ ਦੀ ਕਾਰਵਾਈ ਸ਼ੁਰੂ ਕਰਾਂਗੇ ਲੈਂਦਾ ਮੁੰਡਾ ਪੈਟਰੋਲ ਲਾ ਕੇ ਤਾਂ ਲਿਆਇਆ ਦੇਖੋ ਲਓ ਮਿੱਤਰੋ ਪਤਾ ਕੀ ਨਹੀਂ ਸਪੀਕਰ ਲਾਇਆ ਪਸੀਨੋ ਪਸੀਨ ਹੋ ਗਿਆ ਬਈ ਕਹਿੰਦਾ ਨਾ ਮੈਂ ਸਾਰੇ ਪੱਟ ਦੂੰਗਾ ਉੱਤੋਂ ਜਿਹੜੇ ਉਹਦੇ ਨਿਊ ਹਲੈਂਡ ਦੀ ਬੈਚਿੰਗ ਦਾ ਹੁੰਦਾ ਨਾ ਗ੍ਰਾਫਿਕਸ ਵਾਲਾ ਰੰਗ ਜਿਹਾ ਉਹ ਲੈ ਗਿਆ ਸਾਰਾ ਹੁਣ ਆਹ ਦੇਖ ਲਓ ਆਹ ਹੁਣ ਲੱਗਿਆ ਪਿਆ ਇਹਦਾ ਕੀ ਕਰੇਗਾ ਹੁਣ ਕਿਵੇਂ ਪੱਟਾਂਗੇ ਆਹ ਵੀ ਜਾਲੀਆਂ ਖੋਲਤੀਆਂ ਉੱਧਰਲੀਆਂ ਵੀ ਖੋਲਤੀਆਂ ਵੂਫਰ ਮੁੰਡੇ ਨੇ ਚੰਗੀ ਤਰ੍ਹਾਂ ਚੁੰਕਾ ਦੇ ਪੈਟਰੋਲ ਮਾਰ ਕੇ ਲਓ ਵੀ ਹਟਦਾ ਨਹੀਂ ਕਹਿੰਦਾ ਮੈਂ ਤਾਂ ਆਈ ਚਲਾਊਂ ਕਹਿੰਦਾ ਗਾਣੇ ਪਲੱਗ ਲਾ ਕੇ ਨਹੀਂ ਹਟਦਾ ਆਈ ਚਲਾ ਕੇ ਛੱਡੇਗਾ ਗਾਣੇ ਪੇਟੀ ਭੱਜੀ ਫਿਰਨੀ ਭਰਾਵਾ ਵਿਹੜੇ 'ਚ ਕਦੇ ਇੱਧਰ ਕਦੇ ਉੱਧਰ ਸਾਰੀ ਸਾਰੀ ਢਾਣੀ ਦੇ ਭਾਂਡੇ ਸਿੱਟ ਸਕਦਾ ਜੇ ਗਲੀ ਵੀਰ ਦੀ ਲੰਘਣਾ ਹੋਵੇ ਤਾਂ ਇਹ ਕਿਹਦੀ ਲੈਣਾ ਸ਼ੌਂਕੀ ਸਰਦਾਰ ਦੀ ਪਲੱਗ ਤਾਂ ਲਾ ਲਾ ਪਹਿਲਾਂ ਹੀ ਤੇਰਾ ਡਿੱਕ ਚਲਾ ਦਾ ਮੈਂ ਬਈ ਬਾਹਲਾ ਕਾਲਾ ਰਹਿੰਦਾ ਯਾਰ ਇਹ ਤੇਰੀ ਕਾਲ ਮਰਵਾਊਗੀ ਕਿਸੇ ਦਿਨ ਹੋ ਲੈਣ ਦੀ ਪੇਟੀ ਕਰਤੀ ਕਾਲੀ ਆਪਾਂ ਹੋ ਲੈਣ ਦੀ ਪੇਟੀ ਨਹੀਂ ਮਤਲਬ ਕੁੱਕੀ ਵਾਲਿਆਂ ਦੀ ਪੇਟੀ ਕਰਤੀ ਕਾਲੀ ਜਿਹੜੇ ਨੇ ਸਟਿੱਕਰ ਸਟੁੱਕਰ ਲੱਗੇ ਸਾਰੇ ਬਲੈਕ ਆਊਟ ਕਰਦੇ ਨੇ ਅਤੇ ਮੁੰਡਾ ਕਹਿੰਦਾ ਦੂਜੀ ਗੋਲਡ ਹੋਰ ਮਾਰਨੀ ਹੈ ਹੈ ਫਿਰ ਨਹੀਂ ਹਟਦਾ ਅਤੇ ਗਾਣੇ ਚੱਲੇ ਨੇ ਮਾੜੀ ਬੇਸ ਨਹੀਂ ਉਹੀ ਗਾਣਾ ਲਾ ਗਏ ਉਹ ਫਿਰ ਚੈੱਕਆਊਟ ਕਰਾ ਦਈਏ ਕਿਵੇਂ ਹਿਲਦੇ ਆ ਚਲਾਓ ਨਾ ਜਲਦੀ ਚਲਾਓ ਸਿੱਧੀਆਂ ਤਾਰਾਂ ਲਾ ਕੇ ਵੀ ਜੋੜਤੀਆਂ ਉਹੀ ਗਾਣਾ ਲਾਉਣਾ ਸੀ ਯਾਰ ਮੁੰਡਾ ਕਹਿੰਦਾ ਸੀ ਪੇਟੀ ਹੁਣੀ ਚੜਾਉਣੀ ਹੈ ਮੈਂ ਕਿਹਾ ਰੋਟੀ ਵੀ ਖਾਣੀ ਹੈ ਨਾ ਅਤੇ ਇਹਦਾ ਤਿਆਰ ਹੋਇਆ ਖੜਾ ਹੀ ਪੂਰਾ ਮੈਂ ਕਿਹਾ ਨਹੀਂ ਸਬਰ ਰੱਖ ਬਾਕੀ ਇਹਦਾ ਕੋਈ ਪਤਾ ਨਹੀਂ ਇਕੱਲਾ ਹੀ ਚੜਾ ਦੇ ਹੈ ਵੀ ਹਾਂ ਅਤੇ ਸ਼ਾਮ ਨੂੰ ਆ ਕੇ ਆਪਾਂ ਹੈ ਨਾ ਆਰਾਮ ਨਾਲ ਤਸੱਲੀ ਨਾਲ ਕਰ ਰਹੇ ਕਿਉਂਕਿ ਕੱਲ੍ਹ ਸ਼ਾਮ ਨੂੰ ਖੋਲ੍ਹੀ ਸੀਗੀ ਖੋਲ੍ਹ ਕੇ ਆਪਾਂ ਰੱਖਤੀ ਸੀ ਅੱਜ ਵੂਫਰ ਦੇ ਨਟ ਨੁਟ ਖੋਲ੍ਹੇ ਸਾਰੀਆਂ ਜਾਲੀਆਂ ਜੁਲੀਆਂ ਏ ਟੂ ਜ਼ੈੱਡ
ਤੇ ਆਏ ਓਕੇ ਰਿਪੋਰਟ ਕਰਤੀ ਪੇਟੀ ਆਪਾਂ ਬਾਕੀ ਸਾਡਾ ਇੱਕ ਅੱਧੇ ਫੁਹਾਰੇ ਜ਼ਰੂਰ ਖਰਾਬ ਨਿਕਲੇ ਉਹ ਵੀ ਅਸੀਂ ਲਾਂਭਾ ਦੇ ਕੇ ਆਵਾਂਗੇ ਉਹ ਕਹਿੰਦੇ ਮੈਂ ਗਰੰਟੀ ਦਿੰਦਾ ਐਂ ਕਰਦਾ ਉਹਦੀ ਵੀ ਥੋੜ੍ਹੀ ਜਿਹੀ ਹਵਾ ਕੱਢ ਕੇ ਆਵਾਂਗੇ ਅਸੀਂ ਅਤੇ ਬਾਕੀ ਪੱਤੀਆਂ ਰਹਿ ਗਈਆਂ ਇਹ ਸ਼ਾਮ ਨੂੰ ਹੁਣ ਮਾਰੇਗਾ ਪਿੰਡ ਇਹਨਾਂ 'ਤੇ ਸ਼ਾਮ ਨੂੰ ਮਾਰ ਲਾਂਗੇ ਰੈਸਟ ਕਰ ਲਾ ਥੋੜ੍ਹਾ ਜਿਹਾ ਹੁਣ ਅਤੇ ਪੱਤੀਆਂ 'ਤੇ ਸ਼ਾਮ ਨੂੰ ਰੰਗ ਮਾਰ ਕੇ ਬਸ ਪੇਟੀ ਰੱਖਣੀ ਅਤੇ ਨਟ ਕਸਣੇ ਆ ਹੋਰ ਕੋਈ ਕੰਮ ਨਹੀਂ ਅਤੇ ਚਲੋ ਮਿੱਤਰੋ ਮਿਲਦੇ ਹਾਂ ਫਿਰ ਸ਼ਾਮ ਨੂੰ ਆਹ ਗਿੰਬਲ ਸਾਂਭ ਲਈ ਮੁੰਡਿਆ ਮਹਿੰਗਾ ਸਮਾਨ ਓਕੇ ਜੀ ਚਲਦੇ ਹਾਂ ਅਤੇ ਲਓ ਵੀ ਮਿੱਤਰੋ ਸ਼ਾਮ ਦਾ ਟਾਈਮ ਹੋ ਗਿਆ ਤੁਸੀਂ ਦੇਖ ਸਕਦੇ ਹੋ ਧੁੱਪ ਕਿੱਧਰ ਗਈ ਅਤੇ ਬਲੈਕ ਕਰਤੀ ਆਪਾਂ ਪੇਟੀ ਕੱਲ੍ਹ ਵੇਖ ਲਓ ਵੀ ਇਸ ਟਾਈਮ ਆਪਾਂ ਪੇਟੀ ਖੋਲ੍ਹੀ ਸੀ ਖੋਲ੍ਹ ਕੇ ਰੱਖਤੀ ਸੀ ਸਵੇਰੇ ਆ ਕੇ ਰੰਗ ਕੀਤਾ ਸਾਰੀਆਂ ਜਾਲੀਆਂ ਜੂਲੀਆਂ ਹੈ ਨਾ ਖੋਲ੍ਹੀਆਂ ਸੀ ਇਹਦੀਆਂ ਤਸੱਲੀ ਨਾਲ ਫਿਰ ਹੁਣ ਬਸ ਟਾਈ ਬੈਂਡ ਬੰਨੀ ਜਾਂਦੇ ਹਾਂ ਵਾਇਰਿੰਗ ਕਾਸਤੀ ਪੂਰੀ ਓਕੇ ਰਿਪੋਰਟ ਕਰਤੀ ਅਤੇ ਦੇਖੋ ਹੁਣ ਕਿੰਨੀ ਘੈਂਟ ਲੱਗੀ ਜਾਂਦੀ ਹੈ ਪੂਰੀ ਜਚੀ ਜਾਂਦੀ ਹੈ ਹੈ ਨਾ ਵੇਖੋ ਲੁੱਕੀ ਚੇਂਜ ਹੋ ਗਈ ਜਮਾਂ ਹੀ ਅੱਜ ਰੀਲ ਪਾਈ ਹੈ ਅਸੀਂ ਟਰੈਕਟਰ ਬਾਅਦ 'ਚੋਂ ਦੀਂਦਾ ਪਹਿਲਾਂ ਟਾਇਰ ਦੀਂਦੇ ਹੈ ਹਰੇਕ ਟਾਇਰ ਦੇਖਦਾ ਆਹ ਹੀ ਦੀਂਦੇ ਆ ਪਹਿਲਾਂ ਮੂਹਰਲੇ ਪਿਛਲੇ ਵੀ ਪੈ ਜਾਣੇ ਆ ਅਤੇ ਪੇਟੀ ਆਪਾਂ ਫਿਲਹਾਲ ਕਰਤੀ ਬਲੈਕ ਪਿੱਛੇ ਤਾਂ ਸੀਟ ਜੀ ਚੜਵਾ ਰੱਖੀ ਸੀ ਆਪਾਂ ਅਤੇ ਹੋ ਗਏ ਇਹਨੂੰ ਵੀ ਮੈਨੂੰ ਲੱਗਦਾ 2 ਸਾਲ ਹੋਣ ਵਾਲੀ ਹੈ ਦੇਖੋ ਪੂਰੀ ਘੈਂਟ ਲੱਗੀ ਜਾਂਦੀ ਹੈ ਬਾਕੀ ਹੌਲੀ ਹੌਲੀ ਇਹਦਾ ਜਿਵੇਂ ਆਪਾਂ ਕਹਿ ਦਿੰਦੇ ਹੁੰਦੇ ਹਾਂ ਕਲਰ ਥੋੜ੍ਹਾ ਜਿਹਾ ਜ਼ਿਆਦਾ ਹੀ ਉਹ ਹੈਗਾ ਡਾਰਕ ਆ ਕਿਤੋਂ ਥੋੜ੍ਹਾ ਥੋੜ੍ਹਾ ਜਿਵੇਂ ਸ਼ਾਈਨਿੰਗ ਜੀ ਦਿੰਦੀ ਆ ਦੇਖੋ ਇਹ ਹੌਲੀ ਹੌਲੀ ਸੈੱਟ ਹੋ ਜਾਣਾ ਜਿਵੇਂ ਕੱਪੜਾ ਕੁਪੜਾ ਵੱਜੂਗਾ ਜਾਂ ਫਿਰ ਮਿੱਟੀ ਮੁੱਟੀ ਨਾਲ ਹੈ ਨਾ ਹੌਲੀ ਹੌਲੀ ਮੇਰੇ ਵੀ ਪਹਿਲਾਂ ਆਈ ਸੀ ਅਤੇ ਹੁਣ ਜਮ੍ਹਾਂ ਸੈੱਟ ਹੋ ਗਿਆ ਦੇਖੋ ਫਿਰ ਅਤੇ ਥੱਲੋਂ ਤਾਂ ਪਹਿਲਾਂ ਬਲੈਕ ਕਰ ਰੱਖੀ ਸੀ ਇੱਕ ਕੋਟ ਹੋਰ ਵੱਜ ਗਿਆ ਥੱਲੇ ਥੱਲੋਂ ਵੀ ਓਕੇ ਰਿਪੋਰਟ ਆ ਅਤੇ ਮੁੰਡਾ ਗਿਆ ਟਾਈ ਬੈਂਡ ਲੱਭਣ ਟਾਈ ਬੈਂਡ ਨਹੀਂ ਲੱਭੀ ਜਾਂਦੇ ਦੋ ਹੀ ਲਾਏ ਸੀ ਅਜੇ ਤੀਜਾ ਆ ਪਿਆ ਅਤੇ ਆਈ ਨਹੀਂ ਜਾਂਦੇ ਅਤੇ ਸਹੀ ਸਾਈਜ਼ ਆਏ ਸੀ ਰੀਲਾਂ ਬਣਾਉਣ ਆਏ ਸੀ ਅਤੇ ਬਹੁਤ ਹੀ ਘੈਂਟ ਬਣੀਆਂ ਇੰਨੇ ਦਿਨਾਂ ਬਾਅਦ ਕੱਢਿਆ ਇੱਕ ਬਾਈ ਨੰਗਿਆ ਇਹਨੂੰ ਕਹਿ ਕੇ ਕਹਿੰਦਾ ਕੀ ਕਹਿੰਦਾ ਸੀ ਕਹਿੰਦਾ ਸਿਰਾ ਲਾ ਰੱਖਿਆ ਬਈ ਮੋਟਰਸਾਈਕਲ ਦੀ ਸੀ ਕੋਈ ਬਾਈ ਕਹਿੰਦਾ ਸਿਰਾ ਹੀ ਲਾ ਰੱਖਿਆ ਨਾ ਆਸੇ ਪਾਸੇ ਪਿੰਡ ਦਾ ਆਪਾਂ ਨੂੰ ਨਹੀਂ ਪਤਾ ਅਤੇ ਕਹਿੰਦਾ ਸਿਰਾ ਹੀ ਲਾ ਰੱਖਿਆ ਬਈ ਐਂ ਫਿਰ ਜੇ ਛੱਤੀ ਟੀ ਹੋਵੇ ਹੈ ਨਾ ਪੈਸਿਆਂ ਦਾ ਮੁੱਲ ਮੁੜ ਜਾਂਦਾ ਯਾਰ ਮੁੜਨਾ ਹੀ ਹੈ ਭਰਾਵਾ ਲਾਗੇ ਪਿੰਡਾਂ 'ਚ ਕਿਸੇ ਕੋਲ ਛੱਤੀ ਟੀ ਹੈ ਨਹੀਂ ਗਾ ਇਹੋ ਜਿਹਾ ਮੋਡੀਫਾਈ ਇੱਕ ਅੱਧਾ ਹੋਊਗਾ ਉਹ ਵੀ ਇੰਨਾ ਹੈ ਨਹੀਂ ਗਾ ਨਾ ਟਾਇਰ ਪਾਏ ਕਿਸੇ ਨੇ ਨਾ ਕੁਛ ਨਾਲੇ ਸੀਟੀ ਵੀ ਮਾਰਦਾ ਬਈ ਮੁੱਲ ਇਹਦਾ ਮੁੜਦਾ ਛਾਤੀ ਜਿੱਡੇ ਦਾ ਟਾਇਰ ਪਾਏ ਅਸੀਂ ਹਾਂ ਠੀਕ ਹੈ ਨਾ ਮੰਨ ਗਿਆ ਕਿ ਨਹੀਂ ਮੰਨਦਾ ਮੰਨ ਗਿਆ ਵੀ ਮੰਨ ਗਿਆ ਚੱਲ ਭੱਜ ਕੇ ਦਿਖਾ ਜਿੱਡਾ ਉਹ ਆ ਉਹ ਫਿਰ ਕਹੀ ਮਾੜਾ ਜਿਹਾ ਖੜ ਜਾ ਰੇਸ ਲਾਉਂਦੇ ਆ ਇੱਕ ਉੱਥੇ ਜੂਨੀਅਰ ਤੱਕ ਪਹੁੰਚਣਾ 3 ਗਿਣੀਆਂ ਠੀਕ ਹੈ ਨਹੀਂ ਨਹੀਂ ਇੱਕ ਵੀਡੀਓ 'ਚ ਭੱਜਣਾ ਬਸ ਹੋਰ ਨਹੀਂ ਨਾ ਨਾ ਚੱਲ ਚੱਲ ਉਹ ਚੱਲ ਮੰਨੀ ਹੁੰਦੀ ਹੈ 1 2 3 ਚੱਲ 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 ਲੈ ਯਾਰ ਭੱਜਣਾ ਮਾੜਾ ਜਿਹਾ ਟਾਈਮਰ ਬੱਜਿਆ ਹੋਇਆ ਅੱਟੂਆ ਮਾਰ ਟਾਈਮਰ ਦਾ ਭੱਜ ਕੇ ਦਿਖਾ ਸਾਨੂੰ ਚੱਲ ਬਈ ਸਾਈਡ ਵੀ ਨਹੀਂ ਦਿੱਤੀ ਜਾਂਦੀ ਥੱਲੇ ਲਾਉਣਾ ਪੈਂਦਾ ਯਾਰ ਏਡੇ ਏਡੇ ਟਾਇਰ ਪਾ ਤੇ ਤੂੰ ਹੈ ਹੈ ਬਈ ਬਣਾ ਰਿਹਾ ਵੀ ਮੁੰਡਾ ਦਿੱਲੀ ਹੋਇਆ ਖੜਾ ਹਾਂ ਬਈ ਮਾਰਦਾ ਸੀਟੀ ਮਾਰਦਾ ਵੀ ਮਾਰਦਾ ਮਾਰਦਾ ਹੁਣ ਨਹੀਂ ਫਾਇਦਾ ਢਾਣੀਆਂ ਲਿਓ ਉੱਥੇ ਚੜ੍ਹਨਗੇ ਮਿੱਤਰੋ ਪਿਛਲੇ ਵਲੋਗਾਂ 'ਚ ਦਿਖਾਈ ਟਰੈਕਟਰ ਮੋਡੀਫਾਈ ਕਰੀ ਜਾਂਦੇ ਆ 4x4 ਖੜਾ ਜਿਹੜਾ ਦੇਖਿਆ ਤੁਸੀਂ ਟਾਇਰ ਟੂਰ ਸਾਰੇ ਬਾਹਰ ਕੱਢਤੇ ਅਤੇ ਡਿਟੇਲ 'ਚ ਵੀਡੀਓ ਲਿਆਵਾਂਗੇ ਦੇਖੋ ਘੈਂਟ ਲੱਗੀ ਜਾਂਦਾ